ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 12 ਦਸੰਬਰ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਾਨਮੀ ਦੀ ਜਾਣਕਾਰੀ, ਵੱਖ ਵੱਖ ਕਰੰਸੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖ਼ਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪੌਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖ਼ਬਰਾਂ ਨੂੰ ਸਪੌਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ ਵਾਸੀ, ਪਰਮਜੀਤ ਕੌਰ ਜੀ ਵਾਸੀ ਫ੍ਰੀ ਮੌਡ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-9698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਸੈਨੇਟ ਅਤੇ ਹਾਊਸ ਲੀਡਰਸ ਨੇ CI ਦੀ ਰਿਪੋਰਟ ਦੇ ਉੱਤੇ ਜਾਂਚ ਕਰਾਉਣ ਦਾ ਫੈਸਲਾ ਲਿਆ। ਐਕਸਨ ਮੋਬਾਈਲ ਦੇ CEO ਰੈਕਸ ਟੇਲਰਸਨ, ਸੈਕਟਰੀ ਆਫ ਸਟੇਟ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਦੁਆਰਾ ਚੁਣੇ ਜਾ ਸਕਦੇ ਹਨ। ਹੂਸਟਨ ਤੋਂ ਫਰੈਂਕਫੁਟ ਜਾ ਰਹੀ ਫਲਾਈਟ ਨਿਊਯਾਰਕ ਦੇ ਵੱਲ ਡਾਈਵਰਟ ਕੀਤੀ ਗਈ। ਡੋਨਲਡ ਟਰੰਪ ਦੇ ਚੋਣਾਂ ਜਿੱਤਣ ਤੋਂ ਬਾਅਦ ਚਾਈਨਾ ਅਤੇ ਮੈਕਸੀਕੋ ਦੇ ਸਬੰਧ ਅੱਗੇ ਨਾਲ ਹੋਏ ਗੂੜੇ। ਸੈਨੋਜ਼ੇ ਦੇ ਵਿੱਚ ਇੱਕ ਅੰਗਹੀਨ ਤੋਂ ਲੁੱਟਖੋ ਅਤੇ ਉਸ ਤੋਂ ਬਾਅਦ ਦੇ ਵਿੱਚ ਕੁੱਟਮਾਰ ਦੀ ਆਈ ਵੀਡੀਓ ਸਾਹਮਣੇ। ਹੁਣ ਖਬਰਾਂ ਵਿਸਤਾਰ ਦੇ ਨਾਲ। CIA ਵੱਲੋਂ ਸੈਨੇਟ ਦੇ ਵਿੱਚ ਪੇਸ਼ ਕੀਤੀ ਗਈ ਰਿਪੋਰਟ, ਜਿਸ ਦੇ ਵਿੱਚ US ਇਲੈਕਸ਼ਨ ਦੇ ਵਿੱਚ ਰਸ਼ੀਆ ਦੇ ਹੱਥ ਹੋਣ ਦਾ ਜ਼ਿਕਰ ਕੀਤਾ ਗਿਆ ਸੀ, ਉਸ ਦੇ ਉੱਤੇ ਐਕਸ਼ਨ ਲੈਂਦੇ ਹੋਏ ਹਾਊਸ ਅਤੇ ਸੈਨੇਟ ਦੇ ਲੀਡਰਸ ਨੇ ਇਨਕੁਆਇਰੀ ਬਿਠਾਉਣ ਦਾ ਫੈਸਲਾ ਲਿਆ ਹੈ। ਇਸ ਦੇ ਵਿੱਚ ਰਿਪਬਲਿਕਨ ਪਾਰਟੀ ਦੇ ਮਿਚ ਮੈਕੋਨਲ, ਜੋ ਕਿ ਸੈਨੇਟ ਦੇ ਵਿੱਚ ਮੈਜੋਰਟੀ ਲੀਡਰ ਹਨ, ਉਹਨਾਂ ਨੇ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਮਾਇਨੋਰਟੀ ਲੀਡਰ, ਦੋਨਾਂ ਨੇ ਹੀ ਮਿਲ ਕੇ ਇਸ ਦੀ ਘੋਸ਼ਣਾ ਕੀਤੀ ਕਿ ਜੋ ਵੀ ਇਹ ਮਾਮਲਾ, ਜੋ ਵੀ ਫਾਈਂਡਿੰਗਸ ਇਸ ਦੇ ਵਿੱਚ ਸਾਹਮਣੇ ਆਈਆਂ ਹਨ, ਇਹਨਾਂ ਦੇ ਉੱਤੇ ਲੈ ਕੇ ਹੁਣ ਇਨਕੁਆਇਰੀ ਬਿਠਾਈ ਜਾਏਗੀ। ਮਿਚ ਮੈਕੋਨਲ ਨੇ ਸੈਨੇਟ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਕੋਈ ਵੀ ਫੋਰਨ ਬ੍ਰੀਚ ਜੋ ਕਿ ਅਮਰੀਕਾ ਦੀ ਸਾਈਬਰ ਸਿਕਿਉਰਿਟੀ ਨੂੰ ਖਤਰਾ ਪੈਦਾ ਕਰੇ, ਉਸ ਨੂੰ ਡਿਸਟਰਬ ਕਰੇ, ਉਸ ਦੀ ਉਹ ਤਿੱਖੀ ਨਿਖੇਧੀ ਕਰਦੇ ਹਨ ਅਤੇ ਇਸ ਨੂੰ ਸਹੀ ਕਰਨ ਦੇ ਲਈ ਜੋ ਵੀ ਐਫਰਟ ਉਹਨਾਂ ਨੂੰ ਕਰਨੇ ਪੈਣਗੇ ਉਹ ਕਰਨਗੇ। ਮਿਚ ਮੈਕੋਨਲ ਨੇ ਕਿਹਾ ਕਿ ਰਸ਼ੀਅਨ ਸਾਡੇ ਦੋਸਤ ਨਹੀਂ ਹੋ ਸਕਦੇ ਅਤੇ ਕਿਸੇ ਵੀ ਤਰ੍ਹਾਂ ਦਾ ਇੰਟਰਫੇਰੈਂਸ ਜੇ ਉਹ ਸਾਡੇ ਇਲੈਕਸ਼ਨ ਦੇ ਵਿੱਚ ਕਰਦੇ ਹਨ ਤਾਂ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮਿਚ ਮੈਕੋਨਲ ਦੇ ਆਏ ਇਸ ਬਿਆਨ ਤੋਂ ਬਾਅਦ ਦੇ ਵਿੱਚ ਜਾਣਕਾਰ ਇਹ ਵੀ ਮੰਨ ਰਹੇ ਹਨ ਕਿ ਇਸ ਦੇ ਨਾਲ ਡੋਨਲਡ ਟਰੰਪ ਦੀ ਟੀਮ ਅਤੇ ਮਿਚ ਮੈਕੋਨਲ ਦੇ ਰਿਸ਼ਤਿਆਂ ਦੇ ਵਿੱਚ ਵੀ ਖਟਾਸ ਪੈਦਾ ਹੋ ਸਕਦੀ ਹੈ ਅਤੇ ਇਹ ਵੀ ਸਵਾਲ ਉੱਠ ਸਕਦੇ ਹਨ ਕਿ ਰਿਪਬਲਿਕਨ ਪਾਰਟੀ ਨੂੰ ਕਾਂਗਰਸ ਦੇ ਵਿੱਚ ਹੁਣ ਕੌਣ ਲੀਡ ਕਰੂਗਾ। ਡੋਨਲਡ ਟਰੰਪ, ਜਿਨ੍ਹਾਂ ਨੇ ਕਿ CIA ਦੇ ਉੱਤੇ ਹੀ ਸ਼ੱਕ ਪੈਦਾ ਕਰਨ ਵਾਲਾ ਸਵਾਲ ਕੀਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਜੋ ਦਾਅਵੇ CIA ਨੇ ਇਰਾਕ ਵਾਰ ਤੋਂ ਪਹਿਲਾਂ ਕੀਤੇ ਸਨ ਉਹਨਾਂ ਦਾ ਕੋਈ ਵੀ ਕਲੇਮ ਸਹੀ ਨਹੀਂ ਨਿਕਲਿਆ, ਤਾਂ ਇਸ ਦੇ ਉੱਤੇ ਬੋਲਦੇ ਹੋਏ ਮਿਚ ਮੈਕੋਨਲ ਨੇ ਕਿਹਾ ਕਿ ਉਹਨਾਂ ਨੂੰ ਅਮਰੀਕਾ ਦੀ ਇੰਟੈਲੀਜੈਂਸ ਕਮਿਊਨਿਟੀ ਦੇ ਉੱਤੇ ਪੂਰਾ ਵਿਸ਼ਵਾਸ ਹੈ ਅਤੇ CIA ਜੋ ਕਿ ਅਮਰੀਕਾ ਦੇ ਨਾਲ ਪੂਰੀ ਦੇਸ਼ ਭਗਤੀ ਦੇ ਨਾਲ ਕੰਮ ਕਰਦੇ ਹਨ ਅਤੇ CIA ਦੇ ਬਹੁਤ ਸਾਰੇ ਏਜੰਟ ਜੋ ਕਿ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਅਮਰੀਕਨ ਲੋਕਾਂ ਦੀ ਸੇਫਟੀ ਦੇ ਲਈ ਕੰਮ ਕਰਦੇ ਹਨ, ਉਹਨਾਂ ਤੇ ਉਹ ਕਿਸੇ ਵੀ ਪ੍ਰਕਾਰ ਦਾ ਸ਼ੱਕ ਨਹੀਂ ਕਰ ਸਕਦੇ। ਹਾਊਸ ਦੇ ਵਿੱਚ ਵੀ ਰਿਪਬਲਿਕਨ ਪਾਰਟੀ ਦੇ ਲੀਡਰ ਅਤੇ ਹਾਊਸ ਸਪੀਕਰ ਪੌਲ ਡੀਰਿਆਨ ਨੇ ਇਸ ਮਾਮਲੇ ਦੇ ਵਿੱਚ ਇਨਕੁਆਇਰੀ ਬਿਠਾਉਣ ਦੀ ਗੱਲਬਾਤ ਕਹੀ ਹੈ। ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਇਹੀ ਕਹਿੰਦੇ ਆਏ ਹਨ ਕਿ ਅਮਰੀਕਾ ਦੇ ਇਲੈਕਸ਼ਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਬਾਹਰਲੇ ਦੇਸ਼ ਦੀ ਦਖਲ ਅੰਦਾਜ਼ੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਜੇਕਰ ਰਸ਼ੀਆ ਅਜਿਹਾ ਕਰਦਾ ਹੈ ਤਾਂ ਇਹ ਬਹੁਤ ਹੀ ਸਾਰੀਆਂ ਪ੍ਰੋਬਲਮ ਖੜੀ ਕਰੇਗਾ। ਜਿੱਧਰ ਕਿ ਡੋਨਲਡ ਟਰੰਪ ਇਹਨਾਂ ਸਾਰੀਆਂ ਹੀ ਫਾਈਂਡਿੰਗ ਨੂੰ ਬੇਬੁਨਿਆਦ ਦੱਸ ਰਹੇ ਹਨ, ਉੱਧਰ ਹੀ ਰਿਪਬਲਿਕਨ ਪਾਰਟੀ ਦੁਆਰਾ ਹੀ ਕੰਟਰੋਲਡ ਕਾਂਗਰਸ ਨੇ ਇਸ ਮਾਮਲੇ ਦੇ ਉੱਤੇ ਇਨਕੁਆਇਰੀ ਬਿਠਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹੁਣ ਦੇਖਣ ਵਾਲਾ ਹੁੰਦਾ ਹੈ ਕਿ ਇਸ ਦੇ ਨਾਲ ਡੋਨਲਡ ਟਰੰਪ ਅਤੇ ਰਿਪਬਲਿਕਨ ਪਾਰਟੀ ਲੀਡਰਸ਼ਿਪ ਦੇ ਵਿੱਚ ਫਿਰ ਕੋਈ ਟਕਰਾਵ ਪੈਦਾ ਹੁੰਦਾ ਹੈ ਜਾਂ ਫਿਰ ਨਹੀਂ। ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਲਗਾਤਾਰ ਆਪਣੀ ਕੈਬਨਿਟ ਦੇ ਵਿੱਚ ਵੱਧ ਕਰਦੇ ਹੋਏ ਨਵੀਆਂ ਪੋਸਟਾਂ ਦੀ ਨੋਮੀਨੇਸ਼ਨ ਅਨਾਊਂਸ ਕਰ ਰਹੇ ਹਨ, ਜਿੱਥੇ ਕਿ ਸੈਕਟਰੀ ਆਫ ਸਟੇਟ ਦੇ ਲਈ ਪਹਿਲਾਂ ਮਿਟ ਰੋਮਨੀ ਦਾ ਨਾਮ ਸਾਹਮਣੇ ਆ ਰਿਹਾ ਸੀ। ਉਹਨਾਂ ਸਾਰੀਆਂ ਅਟਕਲਾਂ ਦੇ ਉੱਤੇ ਮਿਟ ਰੋਮਨੀ ਨੇ ਖੁਦ ਵਿਰਾਮ ਲਾ ਦਿੱਤਾ, ਜਦੋਂ ਮਿਟ ਰੋਮਨੀ ਨੇ ਅੱਜ ਇਹ ਬਿਆਨ ਦਿੱਤਾ ਕਿ ਉਹ ਸੈਕਟਰੀ ਆਫ ਸਟੇਟ ਦੀ ਪੋਜੀਸ਼ਨ ਨਹੀਂ ਲੈ ਰਹੇ, ਤਾਂ ਉਸ ਤੋਂ ਬਾਅਦ ਦੇ ਵਿੱਚ ਜੋ ਨਾਮ ਸਾਹਮਣੇ ਆ ਰਿਹਾ ਹੈ ਉਹ ਐਕਸਨ ਮੋਬਿਲ ਕੰਪਨੀ ਦੇ CEO ਰੈਕਸ ਟੇਲਰਸਨ ਦਾ ਨਾਮ ਸਾਹਮਣੇ ਆ ਰਿਹਾ ਹੈ, ਜੋ ਕਿ ਪ੍ਰੈਜ਼ੀਡੈਂਟ ਇਲੈਕਟ
ਡੋਨਲਡ ਟਰੰਪ ਦੀ ਸੈਕਟਰੀ ਆਫ ਸਟੇਟ ਦੀ ਪਹਿਲੀ ਚੁਆਇਸ ਬਣਦੇ ਹਨ। ਪਰ ਦੱਸਿਆ ਜਾ ਰਿਹਾ ਕਿ ਕਿਉਂਕਿ ਰੈਕਸ ਟਿਲਰਸਨ ਜੋ ਕਿ ਐਗਜ਼ਨ ਮੋਬਾਈਲ ਦੇ ਚੀਫ ਐਗਜ਼ੀਕਿਊਟਿਵ ਅਫਸਰ ਹਨ, ਉਹਨਾਂ ਨੇ ਰਸ਼ੀਆ ਦੇ ਨਾਲ ਕਲੋਜ਼ ਟਾਈ ਹੋਣ ਕਰਕੇ US ਸੈਨੇਟਰਸ ਅਤੇ ਹਾਊਸ ਦੇ ਵੱਲੋਂ ਕਾਫੀ ਵਿਰੋਧ ਚੱਲਣਾ ਪੈ ਸਕਦਾ ਹੈ। ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਮੰਗਲਵਾਰ ਸਵੇਰੇ ਆਪਣੇ ਸੈਕਟਰੀ ਆਫ ਸਟੇਟ ਦਾ ਨਾਮ ਅਨਾਊਂਸ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਟਿਲਰਸਨ ਅਤੇ ਇੱਕ ਹੋਰ ਨਾਮ ਜੋ ਕਿ ਸੈਕਟਰੀ ਆਫ ਸਟੇਟ ਦੇ ਤੌਰ ਦੇ ਉੱਤੇ ਸਾਹਮਣੇ ਆ ਰਿਹਾ ਹੈ, ਉਹ ਹੈ UN ਅੰਬੈਸਡਰ, ਸਾਬਕਾ UN ਅੰਬੈਸਡਰ ਜੌਨ ਬੋਲਟਨ ਦਾ, ਅਤੇ ਦੋਨੇ ਹੀ ਪੋਲੀਟੀਕਲ ਪਾਰਟੀਜ਼ ਦੇ ਲੀਡਰਸ ਇਹਨਾਂ ਦੋਨਾਂ ਨਾਮਾਂ ਦਾ ਵਿਰੋਧ ਕਰ ਰਹੇ ਹਨ। ਇਸ ਦਾ ਸਭ ਤੋਂ ਖੁੱਲ੍ਹਾ ਵਿਰੋਧ ਸੈਨੇਟਰ ਜੌਨ ਮੈਕੇਨ ਦੁਆਰਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਟੈਲਰਸਨ ਦੇ ਰਸ਼ੀਆ ਦੇ ਨਾਲ ਕਾਫੀ ਗੂੜੇ ਸੰਬੰਧ ਹਨ ਅਤੇ ਉਹ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਕਈ ਵਾਰ ਪਰਸਨਲੀ ਤੌਰ ਦੇ ਉੱਤੇ ਮਿਲ ਚੁੱਕੇ ਹਨ ਅਤੇ ਉਹਨਾਂ ਨੂੰ ਮਾਸਕੋ ਦੇ ਵਿੱਚ ਕਈ ਵਾਰ ਸਟੇਟ ਆਨਰ ਵੀ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਹਾਲਾਂਕਿ ਉਹ ਇਸ ਮੁੱਦੇ ਦੇ ਉੱਤੇ ਜ਼ਿਆਦਾ ਨਹੀਂ ਬੋਲਣਾ ਚਾਹੁੰਦੇ ਅਤੇ ਪ੍ਰੈਜੀਡੈਂਟ ਇਲੈਕਟਿਡ ਡੋਨਲਡ ਟਰੰਪ ਦੀ ਸਟੇਟਮੈਂਟ ਦਾ ਇੰਤਜ਼ਾਰ ਕਰਨਗੇ, ਪਰ ਜੇਕਰ ਡੋਨਲਡ ਟਰੰਪ ਟੈਲਰਸਨ ਨੂੰ ਆਪਣੇ ਸੈਕਟਰੀ ਆਫ ਸਟੇਟ ਦੇ ਤੌਰ ਤੇ ਚਾਹੁੰਦੇ ਹਨ ਤਾਂ ਇਸ ਦਾ ਕਾਫੀ ਭਾਰੀ ਵਿਰੋਧ ਉਹਨਾਂ ਨੂੰ ਸੈਨੇਟ ਦੇ ਵਿੱਚ ਦੇਖਣ ਨੂੰ ਮਿਲੇਗਾ। ਟੈਕਸਸ ਤੋਂ ਜਰਮਨੀ ਜਾ ਰਹੀ ਲੁਫਤਾਂਜ਼ਾ ਏਅਰਲਾਈਨਸ ਦੀ ਇੱਕ ਫਲਾਈਟ ਨਿਊਯਾਰਕ ਸਿਟੀ ਦੇ ਵੱਲ ਡਾਈਵਰਟ ਕੀਤੀ ਗਈ। ਅੱਜ ਟੈਕਸਸ ਤੋਂ ਉਡਾਨ ਭਰ ਕੇ ਲੁਫਤਾਂਜ਼ਾ ਦੀ ਫਲਾਈਟ 441 ਜਰਮਨੀ ਜਾ ਰਹੀ ਸੀ, ਜਦੋਂ ਕਿ ਏਅਰਲਾਈਨ ਦੇ ਹੈੱਡਕੁਆਟਰ ਦੇ ਵਿੱਚ ਉਹਨਾਂ ਨੂੰ ਬੰਬ ਥ੍ਰੈਟ ਦੀ ਸੂਚਨਾ ਮਿਲੀ। ਉਸ ਤੋਂ ਬਾਅਦ ਦੇ ਵਿੱਚ ਫੌਰਨ ਐਮਰਜੈਂਸੀ ਤੌਰ ਦੇ ਉੱਤੇ ਫਲਾਈਟ ਨੂੰ ਨਿਊਯਾਰਕ ਦੇ ਵੱਲ ਡਾਈਵਰਟ ਕੀਤਾ ਗਿਆ ਅਤੇ ਏਅਰਪੋਰਟ ਦੇ ਉੱਤੇ ਉਸ ਨੂੰ ਲੈਂਡ ਕਰਵਾਇਆ ਗਿਆ। ਮਿਲੀਆਂ ਖ਼ਬਰਾਂ ਦੇ ਮੁਤਾਬਿਕ ਫਲਾਈਟ ਨੂੰ ਜੌਨ ਐਫ ਕੈਨੇਡੀ ਦੇ ਰਿਮੋਟ ਏਰੀਆ ਦੇ ਵਿੱਚ ਸੁਰੱਖਿਅਤ ਲੈਂਡ ਕਰਵਾ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਦੇ ਵਿੱਚ ਉਸਦੀ ਇੰਸਪੈਕਸ਼ਨ ਚੱਲ ਰਹੀ ਹੈ। ਇਸ ਫਲਾਈਟ ਦੇ ਵਿੱਚ 530 ਲੋਕ ਸਵਾਰ ਸਨ, ਜਿਨ੍ਹਾਂ ਦੇ ਵਿੱਚ ਕਈ ਪੈਸੇਂਜਰ ਅਤੇ ਕਰੂ ਮੈਂਬਰ ਸ਼ਾਮਿਲ ਹਨ। ਨਿਊਯਾਰਕ ਅਤੇ ਨਿਊ ਜਰਸੀ ਦੇ ਏਅਰਪੋਰਟ ਸਪੋਕਸਮੈਨ ਸਟੀਵ ਕੋਲਮੈਨ ਨੇ ਕਿਹਾ ਕਿ ਫਲਾਈਟ ਦੀ ਹਰ ਤਰੀਕੇ ਨਾਲ ਜਾਂਚ ਚੱਲ ਰਹੀ ਹੈ ਅਤੇ ਇਹ ਸੁਨਿਸ਼ਚਿਤ ਕਰਨ ਮਗਰੋਂ ਕਿ ਫਲਾਈਟ ਬਿਲਕੁਲ ਸੁਰੱਖਿਅਤ ਹੈ ਇਸ ਨੂੰ ਹਰੀ ਝੰਡੀ ਦਿੱਤੀ ਜਾਵੇਗੀ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਜਾਂਚ ਦੇ ਦੌਰਾਨ ਨਿਊਯਾਰਕ ਦੇ ਏਅਰਪੋਰਟ ਦੇ ਉੱਤੇ ਚੱਲ ਰਹੀਆਂ ਨਾਰਮਲ ਗਤੀਵਿਧੀਆਂ ਨੂੰ ਨਹੀਂ ਰੋਕਿਆ ਗਿਆ ਹੈ। ਇਸ ਮਾਮਲੇ ਦੇ ਉੱਤੇ ਲੁਫਤਾਂਜ਼ਾ ਏਅਰਲਾਈਨ ਦੇ ਵੱਲੋਂ ਕੋਈ ਵੀ ਆਫੀਸ਼ੀਅਲ ਸਟੇਟਮੈਂਟ ਹਜੇ ਤੱਕ ਜਾਰੀ ਨਹੀਂ ਕੀਤੀ ਗਈ। ਡੋਨਲਡ ਟਰੰਪ ਦੇ ਪ੍ਰੈਜ਼ੀਡੈਂਟ ਇਲੈਕਸ਼ਨ ਜਿੱਤਣ ਮਗਰੋਂ ਚਾਈਨਾ ਅਤੇ ਮੈਕਸੀਕੋ ਦੇ ਆਪਸ ਦੇ ਵਿੱਚ ਸੰਬੰਧ ਗੂੜੇ ਹੋ ਰਹੇ ਹਨ, ਜਿੱਥੇ ਕਿ ਡੋਨਲਡ ਟਰੰਪ ਨੇ ਆਪਣੇ ਕੈਂਪੇਨ ਦੇ ਦੌਰਾਨ ਲਗਾਤਾਰ ਮੈਕਸੀਕੋ ਅਤੇ ਚਾਈਨਾ ਦੇ ਖਿਲਾਫ ਪ੍ਰਚਾਰ ਕੀਤਾ ਅਤੇ US ਦੇ ਨਾਲ ਮੈਕਸੀਕੋ ਅਤੇ ਚਾਈਨਾ ਟ੍ਰੇਡ ਨੂੰ ਹੋਰ ਰਿਸਟ੍ਰਿਕਟ ਕਰਨ ਦੀ ਗੱਲਬਾਤ ਕੀਤੀ। ਉਸ ਤੋਂ ਬਾਅਦ ਦੇ ਵਿੱਚ ਹੀ ਹੁਣ ਚਾਈਨਾ ਅਤੇ ਮੈਕਸੀਕੋ ਦੇ ਵਿੱਚ ਆਪਸੀ ਸੰਬੰਧ ਕਾਫੀ ਜ਼ਿਆਦਾ ਗੂੜੇ ਹੋ ਰਹੇ ਹਨ ਅਤੇ ਦੋਨਾਂ ਹੀ ਦੇਸ਼ਾਂ ਦੇ ਟੌਪ ਡਿਪਲੋਮੈਟ ਆਪਸ ਦੇ ਵਿੱਚ ਮੁਲਾਕਾਤ ਕਰਕੇ ਆਪਸ ਦੇ ਵਿੱਚ ਵਪਾਰ ਨੂੰ ਹੋਰ ਵਧਾਉਣ ਦੀ ਗੱਲਬਾਤ ਕਰ ਰਹੇ ਹਨ, ਜਿੱਥੇ ਕਿ ਮੈਕਸੀਕੋ ਆਪਣੀ ਇਕੋਨੋਮਿਕ ਡਿਪੈਂਡੈਂਸ US ਤੋਂ ਖਤਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹਨਾਂ ਨੂੰ ਡਰ ਹੈ ਜੇਕਰ US ਡੋਨਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ 'ਚ ਕੋਈ ਸਟ੍ਰਿਕਟ ਪਾਲਿਸੀਜ਼ ਲੈ ਕੇ ਆਉਂਦਾ ਹੈ ਤਾਂ ਉਹਨਾਂ ਦਾ ਇਕਨੋਮਿਕ ਢਾਂਚਾ ਬਿਲਕੁਲ ਵਿਗੜ ਜਾਵੇਗਾ। ਸੋ ਉਸ ਡਰ ਨੂੰ ਖਤਮ ਕਰਨ ਦੇ ਲਈ ਮੈਕਸੀਕੋ ਚਾਈਨਾ ਦੇ ਨਾਲ ਆਪਣੇ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚਾਈਨਾ ਪਿਛਲੇ ਦਿਨੀ ਡੋਨਲਡ ਟਰੰਪ ਦੀ ਹੋਈ ਤਾਈਵਾਨ ਦੇ ਲੀਡਰ ਦੇ ਨਾਲ ਗੱਲਬਾਤ ਤੋਂ ਵੀ ਕਾਫੀ ਖਫਾ ਨਜ਼ਰ ਆ ਰਿਹਾ ਹੈ ਅਤੇ ਸ਼ਾਇਦ ਇਸੇ ਲਈ ਚਾਈਨਾ ਵੀ US ਦੇ ਨਾਲੋਂ ਹਟ ਕੇ ਹੁਣ ਹੋਰ ਦੇਸ਼ਾਂ ਦੇ ਨਾਲ ਆਪਣਾ ਟ੍ਰੇਡ ਅੱਗੇ ਵਧਾਉਣ ਦੀ ਸੋਚ ਰਿਹਾ ਹੈ। ਡੋਨਲਡ ਟਰੰਪ ਨੇ ਆਪਣੇ ਕੈਂਪੇਨ ਦੇ ਦੌਰਾਨ ਨਾਰਥ ਅਮੈਰੀਕਨ ਫ੍ਰੀ ਟ੍ਰੇਡ ਅਗਰੀਮੈਂਟ ਯਾਨੀ ਕਿ ਨਾਫਟਾ ਨੂੰ ਖਤਮ ਕਰਨ ਦੀ ਸਹੁੰ ਕਈ ਵਾਰ ਚੱਕੀ ਸੀ। ਇਸ ਟ੍ਰੇਡ ਡੀਲ ਦੇ ਤਹਿਤ ਮੈਕਸੀਕੋ ਅਤੇ ਕੈਨੇਡਾ ਤੋਂ US ਦੇ ਵਿੱਚ ਕਈ ਸਾਰੇ ਪ੍ਰੋਡਕਟ ਬਣ ਕੇ ਆਉਂਦੇ ਹਨ ਜਿਨ੍ਹਾਂ ਦੇ ਉੱਤੇ ਟੈਕਸ ਕਾਫੀ ਘੱਟ ਲਿਆ ਜਾਂਦਾ ਹੈ। ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਸੈਨੋਦੇ ਸ਼ਹਿਰ ਦੇ ਵਿੱਚ ਇੱਕ ਬਾਈਸਾਈਕਲਿਸਟ ਇੱਕ ਅੰਗਹੀਨ ਵਿਅਕਤੀ ਤੋਂ ਲੁੱਟਖੋਹ ਕਰਦਾ ਹੋਇਆ ਅਤੇ ਉਸਦੇ ਨਾਲ ਕੁੱਟਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਦੇ ਵਿੱਚ ਸਾਹਮਣੇ ਆਇਆ ਕਿ ਇੱਕ ਅੰਗਹੀਨ ਵਿਅਕਤੀ ਦੇ ਵਿੱਚ ਪਹਿਲਾਂ ਬਾਈਸਾਈਕਲਿਸਟ ਟਕਰਾਇਆ ਅਤੇ ਫਿਰ ਉਸਦੇ ਕੋਲ ਆ ਕੇ ਉਸਦੀ ਮਦਦ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਉਸਨੂੰ ਇਹ ਪਤਾ ਲੱਗਿਆ ਕਿ ਸਾਹਮਣੇ ਵਾਲਾ ਵਿਅਕਤੀ ਬੋਲ ਨਹੀਂ ਸਕਦਾ ਤਾਂ ਉਸਨੇ ਉਸਦਾ ਮੋਬਾਈਲ ਖੋਇਆ ਅਤੇ ਉਸਨੂੰ ਗਨ ਦਿਖਾ ਕੇ ਡਰਾਇਆ ਵੀ। ਜਦੋਂ ਅੰਗਹੀਨ ਵਿਅਕਤੀ ਨੇ ਆਪਣਾ ਮੋਬਾਈਲ ਵਾਪਸ ਮੰਗਣ ਦੀ ਲਗਾਤਾਰ ਜਿੱਦ ਕੀਤੀ ਤਾਂ ਉਸਦੇ ਨਾਲ ਕੁੱਟਮਾਰ ਵੀ ਕੀਤੀ ਗਈ। ਇਹ ਵੀਡੀਓ 5 ਸਪਟੰਬਰ ਦੀ ਆਈ ਹੈ ਜੋ ਕਿ ਇੱਕ CCTV ਕੈਮਰੇ ਦੀ ਫੁਟੇਜ ਦੇ ਵਿੱਚ ਆਈ ਅਤੇ ਇਹ ਘਟਨਾ ਸਵੇਰੇ 5:10 ਤੇ ਹੋਈ। ਸੈਨੋਜ਼ੇ ਪੁਲਿਸ ਡਿਪਾਰਟਮੈਂਟ ਹੁਣ ਇਸ ਲੁੱਟਮਾਰ ਕਰਨ ਵਾਲੇ ਵਿਅਕਤੀ ਦੀ ਤਲਾਸ਼ ਕਰ ਰਿਹਾ ਹੈ ਅਤੇ ਇਸ ਦੀ ਉਮਰ 16 ਤੋਂ 25 ਸਾਲ ਤੱਕ ਦੱਸੀ ਜਾਂਦੀ ਹੈ।
ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 63 ਡਿਗਰੀ ਅਤੇ ਰਾਤ ਨੂੰ ਲੋਅ ਟੈਂਪਰੇਚਰ 51 ਡਿਗਰੀ। ਸੈਨ ਫ੍ਰਾਂਸਿਸਕੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋਅ ਰਹੇਗਾ। ਸੈਕਰਾਮੈਂਟੋ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋਅ। ਯੂਬਾ ਸਿਟੀ ਦੇ ਵਿੱਚ 55 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋਅ। ਸਟੋਕਟਨ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋਅ। ਟ੍ਰੇਸੀ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋਅ। ਪੋਡੈਸਟੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋਅ ਰਹੇਗਾ। ਫ੍ਰੈਜ਼ਨੋ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋਅ। ਬੇਕਰਸਫੀਲਡ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋਅ। ਲਾਸ ਏਂਜਲਸ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋਅ। ਟਰਕੀ ਦੇ ਵਿੱਚ 40 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋਅ ਰਹੇਗਾ। ਸਾਊਥ ਲੇਕ ਟਾਹੋ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋਅ। ਪੋਰਟਲੈਂਡ ਓਰੇਗਨ ਦੇ ਵਿੱਚ 41 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋਅ। ਸਿਏਟਲ ਦੇ ਵਿੱਚ 40 ਡਿਗਰੀ ਹਾਈ ਅਤੇ ਰਾਤ ਨੂੰ 26 ਡਿਗਰੀ ਲੋਅ ਰਹੇਗਾ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 51 ਡਿਗਰੀ ਹਾਈ ਅਤੇ ਰਾਤ ਨੂੰ 31 ਡਿਗਰੀ ਲੋਅ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋਅ। ਸ਼ਿਕਾਗੋ ਦੇ ਵਿੱਚ 23 ਡਿਗਰੀ ਹਾਈ ਅਤੇ ਰਾਤ ਨੂੰ 6 ਡਿਗਰੀ ਲੋਅ। ਨਿਊਯਾਰਕ ਦੇ ਵਿੱਚ 44 ਡਿਗਰੀ ਹਾਈ ਅਤੇ ਰਾਤ ਨੂੰ 35 ਡਿਗਰੀ ਲੋਅ ਰਹੇਗਾ। ਟੋਰਾਂਟੋ ਕੈਨੇਡਾ ਦੇ ਵਿੱਚ 0 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -8 ਡਿਗਰੀ ਸੈਲਸੀਅਸ ਲੋਅ ਰਹੇਗਾ। ਵਿਨੀਪੈਗ ਦੇ ਵਿੱਚ -15 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -22 ਡਿਗਰੀ ਸੈਲਸੀਅਸ ਲੋਅ। ਕੈਲਗਰੀ ਦੇ ਵਿੱਚ -10 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -20 ਡਿਗਰੀ ਸੈਲਸੀਅਸ ਲੋਅ। ਵੈਨਕੂਵਰ ਦੇ ਵਿੱਚ 1 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ -7 ਡਿਗਰੀ ਸੈਲਸੀਅਸ ਲੋਅ। ਪੰਜਾਬ ਅੰਮ੍ਰਿਤਸਰ ਦੇ ਵਿੱਚ 23 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋਅ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 33 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 15 ਡਿਗਰੀ ਸੈਲਸੀਅਸ ਲੋਅ। ਲੰਡਨ ਦੇ ਵਿੱਚ 12 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋਅ। ਬਰਲਿਨ ਜਰਮਨੀ ਦੇ ਵਿੱਚ 5 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋਅ ਰਹੇਗਾ। ਅਤੇ ਫਰਾਂਸ ਪੈਰਿਸ ਦੇ ਵਿੱਚ 10 ਡਿਗਰੀ ਸੈਲਸੀਅਸ ਆਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋਅ ਰਹੇਗਾ। ਇਹ ਸੀ ਮੌਸਮ ਦੀ ਜਾਣਕਾਰੀ। ਹੁਣ ਵੱਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 39 ਅੰਕ ਵੱਧ ਕੇ 19,796.43 ਤੇ ਬੰਦ ਹੋਇਆ। ਨੈਸਡੈਕ 31 ਅੰਕਾਂ ਦੀ ਗਿਰਾਵਟ ਦੇ ਨਾਲ 5,412.54 ਤੇ ਬੰਦ ਹੋਇਆ। S&P 2 ਅੰਕਾਂ ਦੀ ਗਿਰਾਵਟ ਦੇ ਨਾਲ 2,256.96 ਤੇ ਬੰਦ ਹੋਇਆ। ਵਿਲਸ਼ਰ 5,069 ਅੰਕਾਂ ਦੀ ਗਿਰਾਵਟ ਦੇ ਨਾਲ 23,619.34 ਤੇ ਬੰਦ ਹੋਇਆ। ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਮੇਸਿਸ ਦਾ ਰਿਹਾ, ਜਿਸ ਦੀ ਕੀਮਤ 40.45 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ 1 US ਡਾਲਰ ਦੀ ਕੀਮਤ ਰਹੀ 67.46 ਪੈਸੇ, 1 ਕੈਨੇਡੀਅਨ ਡਾਲਰ ਦੀ ਕੀਮਤ ਰਹੀ 51.40 ਪੈਸੇ, 1 ਬ੍ਰਿਟਿਸ਼ ਪਾਊਂਡ ਦੀ ਕੀਮਤ ਰਹੀ 85.52 ਪੈਸੇ, 1 ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 50.58 ਪੈਸੇ, 1 ਯੂਰੋ ਦੀ ਕੀਮਤ ਰਹੀ 71.73 ਪੈਸੇ, 1 ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48.57 ਪੈਸੇ, 1 ਸਿੰਗਾਪੁਰ ਡਾਲਰ ਦੀ ਕੀਮਤ ਰਹੀ 47.36 ਪੈਸੇ, 1 ਬਹਿਰੀਨੀ ਦਿਨਾਰ ਦੀ ਕੀਮਤ ਰਹੀ 178.99 ਪੈਸੇ ਅਤੇ 1 ਕੁਵੈਤੀ ਦਿਨਾਰ ਦੀ ਕੀਮਤ ਰਹੀ 220.87 ਪੈਸੇ। ਸੋਨੇ ਦਾ ਰੇਟ $1,162.96 ਪਰ ਔਂਸ ਰਿਹਾ ਅਤੇ ਚਾਂਦੀ $17.09 ਪਰ ਔਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408-272-5100 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੀ ਈਮੇਲ ਐਡਰੈਸ info@punjabiradio.usa.com ਤੇ। ਇੱਕ ਵਾਰੀ ਫਿਰ ਸਾਰੇ ਸਪੌਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।